मत्स्य रंगल के बच्चे आए ना इतने आनंदपुर साहब की धरती से इन्हों की टोपियां लवाई अभी ता करके Very happy to be here. It's wonderful. ਚਿੱਟਿਆ ਬਾਜਾਂ ਵਾਲੇ ਸਰਬੱਤ ਦਾ ਨਿਕਾਲੀ ਪਿਤਾ ਧੰਨ 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 ਜੈ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਾਵੇ ਓ ਸ੍ਰੀ ਅਕਾਲ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਉਹ ਧਰਤੀ ਜਿਸ ਤੇ ਦਸਮ ਪਾਤਸ਼ਾਹ ਨੇ ਨਿਮਾਣੇ ਨਤਾਣਿਆਂ ਨੂੰ ਜ਼ੁਲਮੀ ਹਕੂਮਤਾਂ ਦੇ ਤਖਤ ਹਿਲਾਉਣ ਦੀ ਗੁੜਤੀ ਦਿੱਤੀ ਉਸ ਧਰਤੀ 'ਤੇ ਮਨਾਇਆ ਜਾਂਦਾ ਖਾਲਸੇ ਦੀ ਚੜ੍ਹਦੀ ਕਲਾ ਦੇ ਝੂਲ ਦੇ ਨਿਸ਼ਾਨਾ ਵਾਲਾ ਹੋਲਾ ਮਹੱਲਾ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਕਿ ਹੋਲੇ ਦਾ ਅਰਥ ਹੈ ਹੱਲਾ ਕਰਨਾ ਮਹੱਲੇ ਦਾ ਭਾਵ ਹੈ ਉਹ ਥਾਂ ਜਿੱਥੇ ਜਿੱਤਣ ਤੋਂ ਬਾਅਦ ਫੌਜਾਂ ਟਿਕਾਣਾ ਕਰਦੀਆਂ ਨੇ ਖਾਲਸਾ ਸ਼ਸਤਰਧਾਰੀ ਹੋ ਕੇ ਆਵੇਗਾ ਅਤੇ ਗੁਰੂ ਕੇ ਬਚਨਾਂ ਦਾ ਸਹੀ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਅਤੇ ਨਿਆਰੇਪਨ ਦੀ ਨਿਸ਼ਾਨੀ ਕੀ ਹੈ ਕਿ ਭਾਈ ਜਿਹੜਾ ਸ਼ਸਤਰਾਂ ਨੂੰ ਧਾਰਨ ਕਰਕੇ ਰੱਖਣਾ ਹੈ ਸੋ ਬਿਨਾਂ ਸ਼ਸਤਰ ਕੇਸ ਨਾ ਦੇ ਹੁੰਦ ਦਾਰੇ ਸ਼ਸਤਰਧਾਰੀ ਹੋ ਕੇ ਕੇਸਾਧਾਰੀ ਹੋ ਕੇ ਆਉਣਾ ਇਹੋ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੱਡੀ ਖੁਸ਼ੀ ਹੈ ਜੋ ਇੱਥੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗੁਰੂ ਕੇ ਖਾਲਸਾ ਪੰਥ ਨੂੰ ਪ੍ਰਾਪਤ ਹੋ ਰਹੀਆਂ ਹਨ ਗੁਰੂ ਸਾਹਿਬ ਨੇ ਹੋਲੀ ਵਰਗੇ ਖਰੂਦੀ ਤਿਉਹਾਰ ਨੂੰ ਇੱਕ ਜੰਗਜੂ ਕੌਮ ਦਾ ਸਿਰਨਾਵਾਂ ਬਣਾ ਦਿੱਤਾ ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਨੇ 1701 ਈਸਵੀ ਵਿੱਚ ਹੋਲੇ ਮਹੱਲੇ ਦੀ ਰਵਾਇਤ ਸ਼ੁਰੂ ਕੀਤੀ ਗੁਰੂ ਸਾਹਿਬ ਆਪਣੇ ਪਿਆਰੇ ਖਾਲਸੇ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਨਕਲੀ ਜੰਗ ਕਰਵਾਉਂਦੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਉਸ ਸਮੇਂ ਦੀ ਕਲਪਨਾ ਕਰੋ ਜਦੋਂ ਗੁਰੂ ਸਾਹਿਬ ਆਪਣੇ ਸਿੰਘਾਂ ਨਾਲ ਗੁਲਾਲ ਖੇਡਦੇ ਜੰਗੀ ਕਰਤੱਬ ਕਰਦੇ ਅਤੇ ਫਿਰ ਦੀਵਾਨ ਸਜਾ ਕੇ ਖਾਲਸੇ ਨੂੰ ਆਪਣੇ ਗੜ ਨਾਲ ਲਾ ਕੇ ਚਿੜੀਆਂ ਨੂੰ ਬਾਜਾਂ ਨਾਲ ਟਕਰਾਉਣ ਦਾ ਬਲ ਬਖਸ਼ਦੇ ਹੋਲਾ ਅਤੇ ਮਹੱਲਾ ਮਹੱਲਾ ਹੁੰਦਾ ਜਾਂ ਫੌਜਾਂ ਮਹੱਲੇ ਚੜ੍ਹ ਕੇ ਜਾਂਦੀਆਂ ਨੇ ਸੋ ਜਦੋਂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਫੌਜਾਂ ਨੂੰ ਇਕੱਤਰਤਾਈ ਕਰਕੇ ਅਤੇ ਇੱਕ ਨਾਟਕ ਰਚਿਆ ਸੋ ਖਾਲਸੇ ਨੂੰ ਹੁਕਮ ਕੀਤਾ ਕਿ ਤੁਸੀਂ ਇੱਕ ਨਾਟਕ ਕਰਨਾ ਹੈ ਇੱਕ ਦੂਜੇ ਨਾਲ ਯੁੱਧ ਕਰਨਾ ਹੈ ਸੋ ਰਣਨੀਤੀ ਸੀ ਸੋ ਇਸ ਤਰ੍ਹਾਂ ਹੀ ਖਾਲਸਾ ਗੁਰੂ ਕਾ ਹੁਕਮ ਮੰਨਦੇ ਹੋਇਆ ਸੋ ਖਾਲਸੇ ਨੇ ਇਸ ਤਰ੍ਹਾਂ ਦੇ ਕਰਤੱਵ ਕੀਤੇ ਜੋ ਰੰਗ ਪਾਉਣ ਦਾ ਹੈ ਸੋ ਰੰਗ ਪਾਉਣ ਦਾ ਇਤਿਹਾਸ ਇਸ ਤਰ੍ਹਾਂ ਹੈ ਜਦੋਂ ਗੁਰੂ ਖਾਲਸਾ ਜੀ ਸਿੰਘ ਇੱਕ ਦੂਜੇ ਦੇ ਵਾਰ ਕਰਦੇ ਸਨ ਸੋ ਵਾਰ ਕਰਦੇ ਹੋਏ ਤਲਵਾਰ ਦਾ ਜੋ ਰੰਗ ਹੁੰਦਾ ਹੈ ਉਹ ਨਾਲ ਇੱਕ ਮੁੱਠ ਭਰ ਕੇ ਪਾਉਂਦੇ ਸਨ ਕਿ ਭਾਈ ਇਸ ਅੰਗ ਦੇ ਤੇਰੇ ਤਲਵਾਰ ਵੱਜੀ ਹੈ ਸੋ ਇੱਕ ਇਹ ਰੰਗ ਇਹ ਨਿਸ਼ਾਨ ਹੁੰਦਾ ਸੀ ਫੱਟ ਦਾ ਕਿ ਲਹੂ ਨਿਕਲ ਆਇਆ ਹੋਲਾ ਮਹੱਲਾ ਖਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ ਹੈ ਹੋਲੇ ਮਹੱਲੇ 'ਤੇ ਝੂਲ ਦੇ ਨਿਸ਼ਾਨ ਗੂੰਜ ਦੇ ਜੈਕਾਰੇ ਹਥਿਆਰਾਂ ਨਾਲ ਸਜਿਆ ਤਿਆਰ ਬਰ ਤਿਆਰ ਖਾਲਸਾ ਖਾਲਸੇ ਦੇ ਰਾਜ ਨੂੰ ਰੂਪਮਾਨ ਕਰਦਾ ਬੜੀ ਚੜ੍ਹਦੀ ਕਲਾ ਵਾਲੇ ਜੋ ਇੱਥੇ ਜ਼ੋਰ ਹੁੰਦੇ ਆ ਜਿਵੇਂ ਗਤਕਾ ਹੋ ਗਿਆ ਅਤੇ ਉਸ ਤੋਂ ਬਾਅਦ ਜਿਵੇਂ ਘੋੜਸਵਾਰੀ ਹੋ ਗਈ ਅਤੇ ਹੋਰ ਵੀ ਬੜੇ ਵਧੀਆ ਚੜ੍ਹਦੀ ਕਲਾ ਵਾਲੇ ਪ੍ਰਦਰਸ਼ਨ ਹੁੰਦੇ ਆ ਸਿੰਘ ਬੜੀ ਚੜ੍ਹਦੀ ਕਲਾ ਵਾਲੇ ਆਪ ਜੀ ਨੂੰ ਇੱਥੇ ਵੇਖਣ ਨੂੰ ਮਿਲਣਗੇ ਸੋ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਹਾਜ਼ਰੀ ਭਰਦੇ ਹਾਂ ਸੋ ਇੱਥੇ ਜੋ ਜਾਪ ਹੁੰਦੇ ਦਸਮ ਗ੍ਰੰਥ ਸਾਹਿਬ ਮਹਾਰਾਜ ਦੇ ਉਸ ਤੋਂ ਬਾਣੀ ਦੇ ਉਪਰੰਤ ਜੋ ਇਹ ਮਹੱਲੇ ਸਜਾਏ ਜਾਂਦੇ ਆ ਅਤੇ ਹੁਣ ਅਸੀਂ ਇੱਥੇ ਪੜਾ ਕਰਾਂਗੇ ਅਤੇ ਸਾਰੀ ਫੌਜ ਜਿੰਨੀ ਵੀ ਸਾਡੇ ਨਾਲ ਆਈ ਹੈ ਅਤੇ ਇੱਥੇ ਗਤਕੇ ਦੀ ਹਾਜ਼ਰੀ ਵੀ ਭਰਾਂਗੇ ਜੀ ਗੁਰੂ ਦਸਵੇਂ ਪਾਤਸ਼ਾਹੀਆਂ ਦਾ ਟਾਈਮ ਤੁਰਕਾਂ ਦਾ ਰਾਜ ਸੀ ਸੋ ਇਸ ਕਰਕੇ ਤੁਰਕ ਲਿਖਿਆ ਪਾਤਸ਼ਾਹੀਆਂ ਨੇ ਚੜ੍ਹਿਆ ਤੁੰਗ ਉਡਾਵੇ ਬਾਜ ਤੁਰਕ ਦੇਹ ਕਰ ਜਾਵੇ ਭਾਜ ਸੋ ਖਾਲਸੇ ਦਾ ਪ੍ਰਤਾਪ ਦੇਖ ਕੇ ਵੱਡੇ ਵੱਡੇ ਮੁਗਲ ਤੁਰਕ ਅਤੇ ਇਹ ਦੇਖ ਕੇ ਭੱਜ ਜਾਂਦੇ ਹਨ
ਸੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਹੇਠ ਸਮੁੱਚਾ ਗੁਰੂ ਕਾ ਖਾਲਸਾ ਪੰਥ ਹੌਲੇ ਮਹੱਲੇ ਖੇਡਦਾ ਹੈ ਅਤੇ ਖੇਡਦਾ ਰਹੇਗਾ। Hello everybody, we are coming in a group, we are coming from France, Paris and everywhere in France, and we come here to see the festival, Holi festival, and to show our friends in France, and we are here, we are very happy to be here, it's wonderful. आनंदपुर साहब की धरती इस गल की गवाही भरती कि गुरु साहब ने होली वर्गे त्यौहार को होले महल्ले च बदल के खालसे रूह च जहे रंग भरे कि अज भी इस धरती का रोम रोम नीले दे शाह सवार नू सजदे करता है।